ਬੱਚੇ ਸਨ 1940 ਦੇ ਪੁੱਛਦੇ ਸਵਾਲ ਆਖਿਰ ਕੀ ਹੋਇਆ ਸੀ ਉਸ ਸਾਲ ਜਿਹਨੇ ਕੀਤਾ ਸੀ ਸਾਰੀ ਦੁਨੀਆ ਦਾ ਬੁਰਾ ਹਾਲ। ਫਿਰ ਮੈਂ ਉਹਨਾਂ ਸੁਣਾਈ ਕਹਾਣੀ ਅੱਖਾਂ ਹੋ ਗਈਆਂ ਪਾਣੀ ਪਾਣੀ। ਬੰਦਾ ਦਿਨ ਵਿੱਚ ਕੀ ਸੀ ਕਰਦਾ ਅਤੇ ਇੱਥੋਂ ਸ਼ੁਰੂ ਹੁੰਦੀ ਹੈ ਮੇਰੀ ਕਹਾਣੀ। ਸਵੇਰੇ ਉੱਠ ਕੇ ਨਹਾਉਣਾ ਧੋਣਾ ਫਿਰ ਆਪਣੇ ਆਪਣੇ ਕੰਮ 'ਤੇ ਜਾਣਾ, ਨਾ ਕਿਸੇ ਬੇਬੇ ਕੋਲ ਬਹਿਣਾ ਅਤੇ ਨਾ ਕਿਸੇ ਨੇ ਬਾਪੂ ਕੋਲ ਜਾਣਾ। ਪਸ਼ੂ ਪੰਛੀ ਸਭ ਕੈਦ 'ਚ ਫਸੇ ਹੋਏ, ਕੁਦਰਤ ਦਾ ਰੁੱਸ ਜਾਣਾ, ਸਮਾਂ ਨਾ ਕਿਸੇ ਦੇ ਕੋਲ ਕਿਸੇ ਲਈ, ਸਭ ਪਾਸੇ ਵਪਾਰ ਸੀ ਚੱਲਦਾ, ਜੋ ਵੱਧਦਾ ਸੋ ਵੱਧਦਾ ਹੀ ਰਹਿੰਦਾ, ਜੋ ਡਿੱਗਦਾ ਸੋ ਰਹਿੰਦਾ ਡਿੱਗਿਆ। ਉਹ ਨਾ ਕੋਈ ਬਜ਼ੁਰਗਾਂ ਦੇ ਕੋਲ ਬਹਿੰਦਾ, ਬੰਦਾ ਸਿਰਫ ਆਪਣੇ ਆਪ 'ਚ ਖੁਬਿਆ ਰਹਿੰਦਾ, ਮਨ ਮਰਜ਼ੀ ਦੇ ਕੱਪੜੇ ਪਾਉਂਦਾ, ਹਰ ਰੋਜ਼ ਬਾਜ਼ਾਰ ਸੀ ਜਾਂਦਾ, ਜੋ ਮਨ ਆਇਆ ਉਹ ਸੀ ਖਾਂਦਾ, ਜਿੱਥੇ ਮਨ ਚਾਹੇ ਉੱਥੇ ਗੰਦ ਪਾਉਂਦਾ। ਪਤਾ ਨਹੀਂ ਇਹ ਬੰਦਾ ਆਖਿਰ ਕੀ ਸੀ ਚਾਹੁੰਦਾ। ਨਾ ਕੋਈ ਇੱਕ ਦੂਜੇ ਨਾਲ ਗੱਲ ਸੀ ਕਰਦਾ, ਨਾ ਹੀ ਕਿਸੇ ਦਾ ਵਧਣਾ ਜਰਦਾ, ਨਾ ਦਿਖਦੇ ਅਸਮਾਨ 'ਚ ਤਾਰੇ, ਸਾਹ ਲੈਣਾ ਭੁੱਲ ਗਏ ਸੀ ਜੀ ਵਿਚਾਰੇ। ਬੰਦੇ ਨੇ ਇਸ ਧਰਤੀ 'ਤੇ ਕਬਜ਼ਾ ਕੀਤਾ ਅਤੇ ਸਾਥੋਂ ਪਹਿਲਾਂ ਜਿੰਨਾ ਭੋਲਿਆਂ ਦੀ ਧਰਤੀ ਸੀ ਉਹਨਾਂ ਨਾਲ ਪਤਾ ਨਹੀਂ ਕੀ ਕੁਝ ਕੀਤਾ। ਕੋਈ ਬਣਿਆ ਫਿਰਦਾ ਸੀ ਉੱਚਾ ਅਤੇ ਕੋਈ ਕਹਾਉਂਦਾ ਸੀ ਨੀਵਾਂ। ਫਿਰ ਆਇਆ ਸਨ 2020, ਕਿਸੇ ਨੂੰ ਕੀ ਪਤਾ ਸੀ ਵੀ ਹੋਣਾ ਸੀ ਕੀ। ਫਿਰ ਉਸ ਰੱਬ ਨੇ ਐਸੀ ਨਜ਼ਰ ਘੁਮਾਈ, ਐਸਾ ਉਹਨੇ ਤੀਰ ਚਲਾਇਆ, ਸਾਰੀ ਦੁਨੀਆ ਵਿੱਚ ਮੱਚ ਗਈ ਤਰਾਹੀ ਤਰਾਹੀ। ਐਸੀ ਮਹਾਮਾਰੀ ਦੁਨੀਆ ਵਿੱਚ ਆਈ, ਸਭ ਦੀ ਸੁਰਤ ਭੁਲਾਈ, ਮਨਾਂ ਵਿੱਚ ਆ ਗਿਆ ਸਭਨਾਂ ਦੇ ਡਰ, ਕਰਤੀ ਸਾਰੀ ਦੁਨੀਆ ਬਰਾਬਰ, ਸਾਰੇ ਪਿੰਡ ਸ਼ਹਿਰ ਅਤੇ ਟਾਊਨ ਸਭ ਪਾਸੇ ਹੋ ਗਿਆ ਲੋਕਡਾਊਨ, ਸਾਰੇ ਕੰਮ ਦੁਨੀਆ ਦੇ ਠੱਪ ਹੋ ਗਏ, ਗਰੀਬ ਨਾ ਬਚੇ ਰੋਟੀ ਜੋਗੇ, ਨਾ ਕੋਈ ਘਰ ਤੋਂ ਬਾਹਰ ਜਾਵੇ, ਨਾ ਬਾਹਰੋਂ ਕੋਈ ਅੰਦਰ ਆਵੇ, ਨਾ ਕੋਈ ਬਾਹਰ ਸੀ ਕੰਮ ਕਰਦਾ, ਬੰਦਾ ਸੀ ਬੰਦੇ ਤੋਂ ਡਰਦਾ, ਨਾ ਕੋਈ ਜਾਵੇ ਸਕੂਲ ਨਾ ਟਿਊਸ਼ਨ, ਸਾਫ਼ ਹੋਈ ਹਵਾ, ਖਤਮ ਹੋਇਆ ਪ੍ਰਦੂਸ਼ਣ। ਕਿਤੋਂ ਹਿਮਾਲਾ ਪਰਬਤ ਦਿਖਦਾ ਅਤੇ ਸਭ ਪਾਸਿਓਂ ਦਿਖਦੇ ਸੀ ਤਾਰੇ, ਓਜ਼ੋਨ ਪਰਤ ਦੀ ਮੋਰੀ ਭਰ ਗਈ, ਖੁਸ਼ ਹੋ ਗਏ ਸੀ ਪਸ਼ੂ ਪੰਛੀ ਸਾਰੇ, ਸਮੁੰਦਰੀ ਜੀਵ ਕਿਨਾਰਿਆਂ 'ਤੇ ਆ ਗਏ, ਸਾ ਜੀਵਾਂ ਨੇ ਸੀ ਸੌਖਾ ਲੈਣਾ। ਜਿਨ੍ਹਾਂ ਨੂੰ ਕਦੇ ਦੇਖਿਆ ਵੀ ਨਹੀਂ ਸੀ ਉਹ ਪੰਛੀ ਹੁਣ ਚਹਿਕਦੇ ਸੁਣਦੇ, ਹੁਣ ਘਰ ਦੇ ਸਾਰੇ ਜਾਣੇ ਬੇਬੇ ਤੋਂ ਬਹਿ ਬਹਿ ਬਾਤਾਂ ਸੁਣਦੇ। ਸਾਨੂੰ ਕੁਦਰਤ ਦੀ ਕੀਮਤ ਸਮਝ ਆ ਗਈ ਸੀ ਹਰ ਪਾਸੇ, ਫਿਰ ਉਮੀਦ ਦੀ ਰੋਸ਼ਨੀ ਛਾ ਗਈ ਸੀ ਕਿ ਫਿਰ ਖੁੱਲ੍ਹਣਗੇ ਮੰਦਿਰ ਮਸਜਿਦ ਗੁਰਦੁਆਰੇ, ਫਿਰ ਇਕੱਠੇ ਹੋਣਗੇ ਲੋਕ ਸਾਰੇ, ਫਿਰ ਜਾਣਗੇ ਬੱਚੇ ਕਾਲਜ ਅਤੇ ਸਕੂਲ, ਫਿਰ ਖੁੱਲ੍ਹਣਗੇ ਸਿਨੇਮਾ ਪਾਰਕ ਅਤੇ ਪੂਲ, ਕਿ ਫਿਰ ਖੁਸ਼ੀਆਂ ਦਾ ਖੇੜਾ ਆਏਗਾ, ਮਨੁੱਖ ਪਹਿਲਾਂ ਵਾਂਗ ਸਭ ਕੁਝ ਕਰ ਪਾਏਗਾ, ਅਸੀਂ ਸਾਰੇ ਫਿਰ ਇਕੱਠੇ ਹੋਵਾਂਗੇ, ਅਸੀਂ ਫਿਰ ਖੁਸ਼ੀਆਂ ਦੀ ਵੀ ਬੋਲਾਂਗੇ। ਪੂਰੀ ਉਮੀਦ ਹੈ ਸਭ ਠੀਕ ਹੋ ਜਾਏਗਾ, ਮਨੁੱਖ ਖੋਈਆਂ ਚੀਜ਼ਾਂ ਵਾਪਿਸ ਪਾਏਗਾ। ਪਰ ਜੋ ਹੀਰਾ ਉਸ ਰੱਬ ਨੇ ਇਸ ਸਮੇਂ ਵਿੱਚ ਦਿੱਤਾ, ਕਿਤੇ ਬੰਦੇ ਆ ਉਹ ਨਾ ਗਵਾ ਦੇ, ਸਾਫ਼ ਸੁਥਰੀ ਸ਼ੁੱਧ ਹਵਾ ਵਾਲੀ ਦੁਨੀਆ ਵਿੱਚ ਕਿਤੇ ਫਿਰ ਨਾ ਗੰਦ ਪਾ ਦੇ। ਬਸ ਫਿਰ ਸਿਰਫ ਇਸੇ ਉਮੀਦ ਦੇ ਚਾਨਣ ਨੇ ਸਾਰਾ ਕੁਝ ਕਰਤਾ, ਇਸ ਬਿਮਾਰੀ ਨੂੰ ਦੁਨੀਆ 'ਚੋਂ ਜੜ੍ਹ ਤੋਂ ਖਤਮ ਕਰਤਾ। ਫਿਰ ਅਸੀਂ ਘਰਾਂ ਤੋਂ ਬਾਹਰ ਆਏ, ਸਾਨੂੰ ਉਹ ਦੁਨੀਆ ਮਿਲ ਚੁੱਕੀ ਸੀ ਜਿਹਨੂੰ ਅਸੀਂ ਕਿਤੇ ਪਿੱਛੇ ਸੀ ਛੱਡ ਆਏ, ਜਿਹਨੂੰ ਅਸੀਂ ਪਿੱਛੇ ਸੀ ਛੱਡ ਆਏ। ਧੰਨਵਾਦ।